ਬਤਮੀ ਕਹਾਣੀ ਈਸਵੇ ਦਾ ਦੁਸ਼ਟਾਤਮਾ ਦੇ ਸਤਾਏ ਮਾਣੂਏ ਜੋ ਕਨੇ ਇੱਕ ਬਿਮਾਰ ਜਨਾਸਾ ਜੋ ਖਰਾ ਕਰਦਾ ਹੈ। ਈਸੂ ਕਨੇ ਤਿਸਦੇ ਚੇਲੇ ਆਪਣੀਆਂ ਕਿਸ਼ਤੀਆਂ 'ਚ ਤੇ ਸਹਿਰੇ ਜੋ ਗਏ ਜਿੱਥੋਂ ਗੇਰਾਸੇਨੀ ਲੋਕ ਰਹਿੰਦੇ ਥੇ। ਸਹਿ ਤਿਸ ਸਹਿਰੇ 'ਚ ਪੁੱਜੀ ਕਰੀ ਕਿਸ਼ਤੀਆਂ 'ਤੇ ਉਤਰੀ ਗਏ। ਉੱਥੋਂ ਇੱਕ ਮਾਣੂ ਥਾ ਜਿਹੜਾ ਦੁਸ਼ਟਾਤਮਾ ਦਾ ਸਤਾਇਆ ਥਾ। ਇਹ ਮਾਣੂ ਇਤਨਾ ਤਾਕਤਵਰ ਥਾ ਕਿ ਕੋਈ ਵੀ ਤਿਸੀਓ ਨਿਯੰਤਰਿਤ ਨਹੀਂ ਕਰ ਸਕਦਾ ਥਾ। ਕਈ ਵਾਰੀ ਲੋਕਾਂ ਇਸਦੇ ਹੱਥਾਂ ਕਨੇ ਪੈਰਾਂ ਜੋ ਜੰਜੀਰਾਂ ਨੇ ਵੀ ਬੰਨਿਆ, ਅਪਰ ਸਹਿ ਤਿਨਾਂ ਜੋ ਤੋੜੀ ਦਿੰਦਾ ਥਾ। ਸਹਿ ਮਾਣੂ ਤਿਸ ਸਹਿਰੇ 'ਚ ਕਬਰਾਂ 'ਚ ਰਹਿੰਦੇ ਥੇ। ਇਹ ਮਾਣੂ ਪੂਰਾ ਦਿਨ ਕਨੇ ਪੂਰੀ ਰਾਤ ਡੱਡਦਾ ਰਹਿੰਦਾ ਥਾ। ਸਹਿ ਕੱਪੜੇ ਨਹੀਂ ਪਹਿਨਦਾ ਥਾ, ਕਨੇ ਅਕਸਰ ਹਮੇਸ਼ਾ ਆਪੂ ਜੋ ਪੱਥਰਾਂ ਨੇ ਜ਼ਖਮੀ ਕਰਦਾ ਥਾ। ਸਹਿ ਮਾਣੂ ਦੌੜੀ ਕਰੀ ਈਸਵੇ ਅਲੀ ਆਇਆ, ਕਨੇ ਤਿਸਦੇ ਸਾਹਮਣੇ ਗੋਡੇ ਟੇਕੀ ਦਿੱਤੇ। ਮਾਣੂਏ ਦੇ ਅੰਦਰੇ ਦੀ ਦੁਸ਼ਟਾਤਮਾ ਨੇ ਗੱਲਾਂ ਕੀਤੀਆਂ, ਕਨੇ ਗਲਾਇਆ, ਇਸ ਮਾਣੂਏ ਤੇ ਬਾਹਰ ਨਿਕਲੀ ਜਾ। ਸਹਿ ਦੁਸ਼ਟਾਤਮਾ ਜੋਰੇ ਨੇ ਡੱਡੀ, ਹੇ ਈਸ਼ੂ ਪਰਮ ਪ੍ਰਧਾਨ ਦੇ ਪੁੱਤਰ, ਤੇਰਾ ਮਿੰਜੋ ਨੇ ਕਿਆ ਕੰਮ, ਕਿਰਪਾ ਕਰਕੇ ਮਿੰਜੋ ਮਤ ਤੰਗ ਕਰ। ਤਾਲੂ ਇਸਮੇ ਤਿਸਾ ਦੁਸ਼ਟਾਤਮਾ ਤੇ ਪੁੱਛਿਆ, ਤੇਰਾ ਕਿਆ ਨਾਂ ਹੈ? ਤਿੰਨੇ ਜਵਾਬ ਦਿੱਤਾ, ਮੇਰਾ ਨਾਂ ਸੈਨਾ ਹੈ, ਕਜੋ ਕਿ ਅਹਾਂ ਮਤੇ ਹਨ। ਰੋਮੀ ਸੈਨਾ 'ਚ ਕਈ ਹਜ਼ਾਰ ਸੈਨਿਕਾਂ ਦਾ ਇੱਕ ਝੁੰਡ ਇੱਕ ਸੈਨਾ ਹੁੰਦੀ ਸੀ। ਤਿੰਨਾਂ ਦੁਸ਼ਟਾਤਮਾ ਈਸੂ ਨੇ ਬੇਨਤੀ ਕੀਤੀ, ਕਿਰਪਾ ਕਰਕੇ ਅਹਾਂ ਜੋ ਇਸ ਸਹਿਰੇ ਤੇ ਬਾਹਰ ਮਤ ਭੇਜ। ਉੱਥੋਂ ਹੀ ਨੇੜੇ ਦੇ ਪਹਾੜੇ ਪਰ ਸੂਰਾਂ ਦਾ ਇੱਕ ਝੁੰਡ ਚੁੱਕਾ ਦਾ ਥਾ। ਇਸ ਤਾਈ ਤਿੰਨਾਂ ਦੁਸ਼ਟਾਤਮਾ ਈਸੂ ਨੇ ਬੇਨਤੀ ਕੀਤੀ, ਕਿਰਪਾ ਕਰਕੇ ਅਹਾਂ ਜੋ ਤਿੰਨਾਂ ਸੂਰਾਂ 'ਚ ਗਲੀ ਦੇ। ਈਸਵੇ ਗਲਾਇਆ, ਠੀਕ ਹੈ, ਤਿੰਨਾਂ 'ਚ ਚਲੀਆ। ਪਰ ਸਹਿ ਦੁਸ਼ਟਾਤਮਾ ਇਸ ਮਾਣੂਏ ਤੇ ਨਿਕਲੀ ਕਰੀ ਤਿੰਨਾਂ ਸੂਰਾਂ ਦੇ ਅੰਦਰ ਚਲੀ ਗਈ। ਸਹਿ ਸੂਰ ਤੋੜੀ ਕਰੀ ਖੜੀਏ ਬੈਠੀ ਤੇ ਰਿੜਕੀ ਕਰੀ ਪਾਣੀ 'ਚ ਜਾਈ ਪੈ। ਇਸ ਝੁੰਡੇ 'ਚ ਲਗਭਗ 2000 ਸੂਰ ਥੇ। ਉੱਥੋਂ ਤਿੰਨਾਂ ਸੂਰਾਂ ਦੀ ਦਿਖਵਾਲ ਕਰਨ ਵਾਲੇ ਲੋਕ ਥੇ। ਜਿਹੜਾ ਕੁਛ ਹੋਇਆ ਥਾ ਜਲ ਤਿੰਨਾਂ ਦੇਖਿਆ ਤਾਂ ਸਹਿ ਸਹਿਰੇ 'ਚ ਨਸੀ ਗਏ। ਈਸਵੇ ਜਿਹੜਾ ਕਿਤਿਆ ਥਾ ਉੱਥੋਂ ਤਿੰਨਾਂ ਸਾਰੇ ਜੋ ਦੱਸਿਆ। ਜਿਸ ਸਹਿਰੇ ਦੇ ਲੋਕ ਨਿਕਲੀ ਆਏ ਕਨੇ ਤਿਸ ਮਾਣੂਏ ਜੋ ਦਿਖਿਆ ਜਿਸ 'ਚ ਦੁਸ਼ਟਾਤਮਾ ਥੀਆਂ, ਸਹਿ ਸ਼ਾਂਤੀਏ ਨੇ ਕੱਪੜੇ ਪਹਿਨੀ ਕਰੀ ਕਨੇ ਇੱਕ ਆਮ ਆਦਮੀ ਸਾਈਏ ਵਿਵਹਾਰ ਕਰਦੇ ਹੋਏ ਬੈਠਿਆ ਥਾ। ਸਹਿ ਲੋਕ ਵੱਡੇ ਵਾਰੀ ਡਰੀ ਉਥੇ, ਕਨੇ ਤਿੰਨਾਂ ਈਸਵੇ ਜੋ ਜਾਣੇ ਤਾਈ ਗਲਾਇਆ, ਪਰ ਈਸੂ ਕਿਸ਼ਤੀਆਂ ਪਰ ਚੜੀ ਗਿਆ। ਸਹਿ ਮਾਣੂ ਜਿਸ 'ਚ ਦੁਸ਼ਟਾਤਮਾ ਥੀਆਂ ਤਿੰਨੀ ਈਸਵੇ ਸੋਗੀ ਜਾਣੇ ਦੀ ਬੇਨਤੀ ਕੀਤੀ, ਅਪਰ ਈਸਵੇ ਤਿਸਨੇ ਗਲਾਇਆ, ਨੀ ਮੈਂ ਚਾਹੁੰਦਾ ਕਿ ਤੂੰ ਘਰੇ ਜਾਈ ਕਰੀ ਸਾਰਿਆਂ ਜੋ ਗਲਾਏ ਕਿ ਪਰਮਾਤਮਾ ਤੀਜੋ ਤਾਈ ਕਿਆ ਕੀਤਿਆ ਹੈ, ਤਿੰਨਾਂ ਜੋ ਦੱਸ ਕਿਵੇਂ ਪਰਮਾਤਮਾ ਤੀਜੋ ਪਰ ਦਇਆ ਕੀਤੀ ਥੀ। ਇਸ ਤਾਈ ਸਹਿ ਮਾਣੂ ਚਲੀ ਗਿਆ, ਕਨੇ ਸਾਰਿਆਂ ਜੋ ਇਸਦੇ ਬਾਰੇ 'ਚ ਦੱਸਿਆ ਜਿਹੜਾ ਈਸਵੇ ਤਿਸਦੇ ਤਾਈ ਕੀਤਿਆ ਥਾ। ਤਿਸਦੀਆਂ ਕਹਾਣੀਆਂ ਜੋ ਸੁਣਨ ਵਾਲਾ ਹਰ ਇੱਕ ਮਾਣੂ ਹੈਰਾਨ ਹੋਇਆ ਥਾ। ਈਸੂ ਝੀਲਾਂ ਦੇ ਦੂਵੇਂ ਪਾਸੇ ਮੁੜੀ ਆਇਆ। ਇਸਦੇ ਉੱਥੋਂ ਪੁੱਜਣੇ ਤੇ ਬਾਅਦ ਇੱਕ ਵੱਡੀ ਭੀੜ ਤਿਸ ਅੱਲੀ ਕਿੱਠੀ ਹੋਈ, ਕਨੇ ਤਿਸੀ ਦੱਬਣਾ ਲੱਗੀ। ਤਿਸਾ ਭੀੜਾ 'ਚ ਇੱਕ ਜਨਾਸ ਥੀ ਜਿਹੜੀ 12 ਸਾਲਾਂ ਤੇ ਖੂਨੇ ਬਹਿਣੇ ਦੀਆਂ ਬਿਮਾਰੀਆਂ ਨੇ ਦੁਖੀ ਥੀ। ਤਿੰਨੇ ਆਪਣਾ ਸਾਰਾ ਧਨ ਹਸਪਤਾਲਾਂ ਦੀਆਂ ਦਵਾਈਆਂ ਤਾਈ ਦੇ ਦਿੱਤਿਆ ਥਾ ਤਾਂ ਕਿ ਸਹਿ ਤਿਸਾ ਜੋ ਠੀਕ ਕਰੀ ਸਕਣ, ਅਪਰ ਤਿਸਾ ਦੀ ਬਿਮਾਰੀ ਹੋਰ ਵੀ ਵਿਗੜਦੀ ਗਈ ਥੀ। ਤਿੰਨੇ ਸੁਣਿਆ ਥਾ ਕਿ ਇਸਮੇ ਮਤੇ ਬਿਮਾਰ ਲੋਕਾਂ ਜੋ ਠੀਕ ਕੀਤਾ ਥਾ। ਤਿੰਨੇ ਸੋਚਿਆ, ਮੈਂ ਵਿਸ਼ਵਾਸ ਕਰਦੀ ਹੈ ਕਿ ਅਗਰ ਮੈਂ ਸਿਰਫ ਈਸਵੇ ਦੇ ਕੱਪੜੇ ਜੋ ਹੀ ਛੂਹ ਲੈਂਗੀ ਤਾਂ ਮੈਂ ਠੀਕ ਹੋਈ ਜਾਂਗੀ।
ਇਸ ਤਾਈ ਸਹਿ ਈਸੂਏ ਦੇ ਪੱਚਾਂ ਤੇ ਆਈ ਕਨੇ ਤਿਸ ਦੀਆਂ ਕੱਪੜੇ ਜੋ ਛੂਹੀ ਲਿਆ। ਜਿਵੇਂ ਹੀ ਤਿੰਨੇ ਤਿਸ ਜੋ ਛੂਹੀ ਲਿਆ, ਖੂਨ ਵਹਿਣਾ ਬੰਦ ਹੋਈ ਗਿਆ। ਝਟਪਟ ਹੀ ਈਸੂਏ ਜਾਣੀ ਲਿਆ ਕਿ ਇਸ ਤੇ ਸਮਰਥ ਨਿਕਲੀ ਹੈ। ਇਸ ਤਾਈ ਤਿੰਨੀ ਪਚਾਹ ਮੁੜੀ ਕਰੀ ਪੁੱਛਿਆ, ਮਿੰਜੋ ਕੁਨੀ ਛੂਤਾ? ਚੇਲੇ ਜਵਾਬ ਦਿੱਤਾ, ਇਥੋਂ ਇਤਨੇ ਸਾਰੇ ਲੋਕਾਂ ਚ ਤੇਰੇ ਚੋਨੀ ਪਾਸੇ ਭੀੜ ਲੱਗੀ ਹੈ, ਕਨੇ ਤੀਜੋ ਪਰ ਚੜਾ ਦੇ ਹਨ, ਤਾਂ ਤੈ ਕਜੋ ਪੁੱਛਿਆ ਕਿ ਮਿੰਜੋ ਕੁਨੀ ਛੂਤਾ? ਸਹਿ ਜਨਾਸ ਈਸੂਏ ਦੇ ਸਾਹਮਣੇ ਕੰਬਦੀ ਹੋਈ ਕਨੇ ਬੜੀ ਡਰੀ ਹੋਈ ਆਪਣੇ ਗੋਡਿਆਂ ਬਾਰ ਬੇਹੀ ਗਈ। ਤਾਲੂ ਤਿੰਨੇ ਤਿਸੀਓ ਦੱਸੀ ਦਿੱਤਾ ਕਿ ਤਿੰਨੇ ਕਿਆ ਕੀਤਾ ਹੈ, ਕਨੇ ਇਹ ਵੀ ਕਿ ਸਹਿ ਠੀਕ ਹੋਈ ਗਈ ਹੈ। ਈਸੂਏ ਤਿਸਾ ਜੋ ਗਲਾਇਆ, ਤੇਰੇ ਵਿਸ਼ਵਾਸੇ ਤੀਜੋ ਖਰਾ ਕੀਤਾ ਹੈ, ਸਾਂਤੀਏ ਨੇ ਜਾ।